ਸੋ ਮੇਰਾ ਨਵਾਂ ਗੀਤ ਆ ਰਿਹਾ ਜੀ ਬਹੁਤ ਛੇਤੀ ਅਸੀਂ ਤੁਹਾਡੀ ਕਚਹਿਰੀ 'ਚ ਪੇਸ਼ ਕਰਾਂਗੇ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸੱਚੀਆਂ ਗੱਲਾਂ ਸਾਡੇ ਪੰਜਾਬ 'ਚ ਕੀ ਕੁਝ ਵਾਪਰ ਰਿਹਾ ਸਾਡੇ ਪੰਜਾਬ ਦੇ ਕੀ ਹਾਲਾਤ ਹੈ ਕਿ ਉਹ ਕਰੀਏ ਸੋ ਕੀ ਲਿਖਿਆ ਗੌਰ ਕਰਨਾ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ ਮਾਰ ਜਾਣ ਬੰਦੇ ਨੂੰ ਕਬੀਲ ਧਾਰੀਆਂ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ ਮਾਰ ਜਾਣ ਬੰਦੇ ਨੂੰ ਕਬੀਲ ਧਾਰੀਆਂ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ ਮਾਰ ਜਾਣ ਬੰਦੇ ਨੂੰ ਕਬੀਲ ਧਾਰੀਆਂ ਭੋਲੇ ਤੇਰਾ ਪਾਣੀ ਰਹਿਦਾ ਵਾਲੇ ਕੰਡੇ ਦਾਰੂ ਤੇ ਜਨਾਨੀ ਬਾਜੀ ਦਾਰੂ ਤੇ ਜਨਾਨੀ ਬਾਜੀ ਮਾਰੇ ਬੰਦੇ ਨੂੰ ਦਾਰੂ ਤੇ ਜਨਾਨੀ ਬਾਜੀ ਮਾਰੇ ਬੰਦੇ ਜਵਾਨੀ ਹੁੰਦੀ ਹੈ ਉੱਠ ਸਕਿਆ ਪਈਆਂ ਦੇ ਵਿੱਚ ਫੁੱਟ ਲਾਜ਼ਮੀ ਜਿੱਥੇ ਬਈ ਉਂਗਲ ਪਕਾਨੀ ਹੁੰਦੀ ਹੈ ਦਾਰੂ ਤੇ ਜਨਾਨੀ ਬਾਜੀ ਨਾ ਦੇਖਦੇ ਆ ਵੀ ਹੁਣ ਕਿੰਨੇ ਕੇ ਇਸ ਗੱਲ ਨਾਲ ਸਹਿਮਤ ਹੈ ਨਾ ਇਧਰੋਂ ਦੇਖਦੇ ਤਾੜੀ ਮਾਰ ਕੇ ਦੱਸੀਓ ਤਾਂ ਕਿੰਨੇ ਕੁ ਸਹਿਮਤ ਹੋ ਇਸ ਗੱਲ ਕਿਆ ਬਾਤ ਨਾ ਭੈਣ ਜੀ ਹੁਣ ਤੁਸੀਂ ਤਾੜੀ ਮਾਰ ਕੇ ਦੱਸੀਓ ਬਰਾਬਰ ਜੀ ਤਾੜੀ ਅੱਧੀਆਂ ਨੇ ਤਾਂ ਨਹੀਂ ਮਾਰੀ ਵੀ ਘਰੇ ਜਾ ਕੇ ਕਿਤੇ ਸਾਡੇ ਨਾਲ ਗਾਲਾਂ ਪੈ ਜਾਣ ਬੜੀਆਂ ਤਾੜੀਆਂ ਮਾਰਦੀ ਸੀ ਇਸ ਗੱਲ ਤੇ ਕੀ ਗੱਲ ਦਾਰੂ ਤੇ ਜਨਾਨੀ ਬਾਜੀ ਦਾਰੂ ਤੇ ਜਨਾਨੀ ਬਾਜੀ ਦਾਰੂ ਤੇ ਜਨਾਨੀ ਬਾਜੀ ਮਾਰੇ ਬੰਦੇ ਨੂੰ ਦਾਰੂ ਤੇ ਜਨਾਨੀ ਬਾਜੀ ਹੀ ਮਾਰੇ ਬੰਦੇ ਨੂੰ ਕੈਪਸੂਲ ਵੇਮਦੇ ਯਾਰ ਹਥਿਆਰ ਚੰਗਾ ਹੋਇਓ ਮਿੱਤਰੋ ਕੰਮ ਜਿਹੜਾ ਅੱਜ ਇੱਥੇ ਲੋੜ ਪੈਣ ਦੇ ਕਹਿੰਦਾ ਦੁਨੀਆਂ ਤੇ ਵੈਦ ਭਾਵੇਂ ਪਰ ਕਬਰੇ ਮਿਲਦੇ ਨੀ ਕਿਤੇ ਕੈਪਸੂਲ ਵੇਮਦੇ ਯਾਰ ਹਥਿਆਰ ਚੰਗਾ ਹੋਇਓ ਮਿੱਤਰੋ ਕੰਮ ਜਿਹੜਾ ਅੱਜ ਇੱਥੇ ਲੋੜ ਪੈਣ ਦੇ ਛੇੜੀਏ ਨਾ ਕਦੇ ਪੁੱਤ ਰੇਜੇ ਸੰਡੇ ਨੂੰ ਦਾਰੂ ਤੇ ਜਨਾਨੀ ਬਾਜੀ ਦਾਰੂ ਤੇ ਜਨਾਨੀ ਬਾਜੀ ਮਾਰੇ ਬੰਦੇ ਨੂੰ ਦਾਰੂ ਤੇ ਜਨਾਨੀ ਬਾਜੀ ਮਾਰੇ ਬੰਦੇ ਨੂੰ
ਮੇਲਾ ਲੱਗਿਆ ਤੇ ਮੇਲੇ ਦੀ ਗੱਲ ਕਰਨ ਲੱਗੀ ਆ ਜੀ, ਯਾਦ ਕਰਨ ਲੱਗੀ ਆ ਜੀ ਅਮਰ ਸਿੰਘ ਜੀ ਸ਼ੌਂਕੀ ਹੋਣਾ। ਉਹਨਾਂ ਦੇ ਗੀਤ ਤੋਂ ਬਿਨਾਂ ਮੈਂ ਆਪਣੀ ਸਟੇਜ ਨੂੰ ਅਧੂਰਾ ਸਮਝਦੀ ਹਾਂ, ਕਿਉਂਕਿ ਐਸੇ ਗਵਈਏ ਹੋਏ ਆ ਜਿਨ੍ਹਾਂ ਦੀ ਆਵਾਜ਼ ਬਿਨਾਂ ਮਾਈਕ ਤੋਂ ਵੀ ਕੋਹਾਂ ਦੂਰ ਪਹੁੰਚਦੀ ਸੀ। ਜਿਨ੍ਹਾਂ ਨੇ ਅਮਰ ਸਿੰਘ ਜੀ ਸ਼ੌਂਕੀ ਹੋਣਾ ਨੂੰ ਸੁਣਿਆ, ਇੱਕ ਤਾੜੀ ਲਾ ਕੇ ਦੱਸੀ ਤਾਂ ਸਰ ਬਜ਼ੁਰਗੋ ਹੋ ਨਹੀਂ ਸਕਦਾ ਤੁਸੀਂ ਸੁਣਿਆ ਨਾ ਹੋਵੇ ਅਮਰ ਸਿੰਘ ਜੀ ਸ਼ੌਂਕੀ ਹੋਣਾ। ਸਕੀ ਲਿਖਿਆ ਚੱਲੀਏ।
ਧਿਆਨ ਕਰਾਂ ਮੈਂ ਤੇਰਾ। ਮੇਲਾ ਲੱਗਿਆ ਕਿਉਂਕਿ ਮੇਲੇ 'ਚ ਬਹੁਤ ਤਰ੍ਹਾਂ ਦੇ ਮਿਲਾਪ ਵੀ ਹੁੰਦੇ ਆ ਤੇ ਵਿਛੋੜੇ ਵੀ ਹੁੰਦੇ। ਕਈ ਇਸ ਮੇਲੇ 'ਚ ਆਉਂਦੇ ਸਾਲ ਨੂੰ ਨਹੀਂ ਵੀ ਹੋਣਗੇ, ਵਿਦੇਸ਼ਾਂ 'ਚ ਹੋਣਗੇ, ਪਤਾ ਨਹੀਂ ਕਿੱਥੇ ਹੋਣਗੇ। ਕਈ ਤਾਂ ਅੱਜ ਸਾਡੀਆਂ ਭੈਣਾਂ ਆਪਣੇ ਪੇਕੇ ਪਿੰਡ ਆਈਆਂ ਹੋਣੀਆਂ ਮੇਲਾ ਵੇਖਣ, ਕਹਿੰਦੀਆਂ ਹਾਂ ਕਿੰਨੀਆਂ ਕਾਈਆਂ ਹੱਥ ਖੜੇ ਕਰੀਏ ਤੇ ਜਰਾ ਆਹ ਦੇਖੇ ਇੱਕ ਮਜੰਟਾ ਚੁੰਨੀ ਵਾਲੀ ਮਿਲੀਆਂ ਫਿਰ ਪੁਰਾਣੀਆਂ ਸਹੇਲੀਆਂ ਹੈਂ ਸੱਚੀ ਕਿੱਦਾਂ ਫਿਰ ਉਹੀ ਗੱਲ ਕਹੀ ਹੋਣੀ ਆ ਪੱਕਾ ਨੀ ਭੋਲੀਏ ਤੂੰ ਹਾਂ ਨੀ ਸੱਚੀ ਤੂੰ ਤਾਂ ਬਾਹਲੀ ਬੀਤ ਗਈ ਨੀ ਕੀ ਖਾਂਦੀ ਨੀ ਇੱਕ ਮੈਂ ਆ ਕੁਛ ਖਾਂਦੀ ਨੀ ਤਾਂ ਵੀ ਮੋਟੀ ਹੁੰਦੀ ਜਾਂਦੀ ਇੱਕ ਆ ਭਾਜੀ ਹੋਣੀ ਹੈ ਇਹ ਪਤਾ ਕੀ ਕਹਿਣਗੇ ਕਹਿੰਦੇ ਜਿੱਥੇ ਚਾਰ ਜਨਾਨੀਆਂ ਇਕੱਠੀਆਂ ਹੋ ਜਾਣ ਇਹਨਾਂ ਦੀਆਂ ਚੁਗਲੀਆਂ ਨਹੀਂ ਖਤਮ ਹੁੰਦੀਆਂ ਚੁਗਲੀਆਂ ਚਾਗਲੀਆਂ ਕੋਈ ਨਹੀਂ ਹੁੰਦੀਆਂ ਭਾਜੀ ਸਾਡੇ ਤੋਂ ਤਾਂ ਆਹੀ ਗੱਲਾਂ ਨਹੀਂ ਖਤਮ ਹੁੰਦੀਆਂ ਤੂੰ ਮੋਟੀ ਕਿਵੇਂ ਹੋ ਗਈ ਤੇ ਸੂਟ ਕਿੱਥੋਂ ਸਵਾਇਆ ਖਬਰ ਦੇਣ ਨੂੰ ਤਾਂ ਪਿੰਡ ਦੀ ਇੱਕ ਬੀਬੀ ਵੀ ਬਹੁਤ ਹੁੰਦੀ ਹੈ ਇੱਕੋ ਹੀ ਪ੍ਰਧਾਨ ਹੁੰਦੀ ਹੈ ਪੂਰੇ ਪਿੰਡ ਦੀ ਖਬਰ ਉਹਦੇ ਤੋਂ ਲੈ ਲੈਂਦੀ ਇਹੀ ਗੱਲਾਂ ਹੁੰਦੀਆਂ ਸੋ ਅੱਜ ਸੁੱਖ ਨਾਲ ਵਾਧੂ ਭੈਣਾਂ ਮਿਲੀਆਂ ਹੋਣੀਆਂ ਆਪਣੀਆਂ ਪੁਰਾਣੀਆਂ ਸਹੇਲੀਆਂ ਸੋ ਇਹੋ ਜਿਹੇ ਮੇਲ ਮਿਲਾਪ ਹੁੰਦੇ ਆ ਮੇਲਿਆਂ ਦੇ ਵਿੱਚ ਕਈ ਵਾਧੂ ਭੈਣਾਂ ਮਿਲੀਆਂ ਹੋਣੀਆਂ ਅੱਜ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਸੋ ਕੀ ਲਿਖਿਆ ਬਹੁਤ ਕੀਮਤੀ ਗੱਲਾਂ ਲਿਖੀਆਂ ਕਿਸੇ ਸ਼ਾਇਰ ਨੇ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਅੱਜ ਕੱਲ੍ਹ ਤਾਂ ਬਹੁਤ ਵੈਸੇ ਪਿੰਡਾਂ 'ਚ ਪਹਿਲਾਂ ਨਾ ਅੱਜ ਕੱਲ੍ਹ CCTV ਕੈਮਰੇ ਲੱਗ ਗਏ ਹੋਏ ਆ ਹਾਸੇ ਮਜ਼ਾਕ ਵਾਲੀਆਂ ਗੱਲਾਂ ਪਹਿਲਾਂ ਤਾਂ ਸਾਡੇ ਬਜ਼ੁਰਗ ਹੀ ਸੱਥਾਂ 'ਚ ਬੈਠੇ CCTV ਕੈਮਰੇ ਸੀ ਹੈਨਾ ਕਿਉਂਕਿ ਰੌਣਕ ਸੀਗੇ ਸੱਥਾਂ ਦੀ ਅੱਜ ਕੱਲ੍ਹ ਤਾਂ ਕੈਨੇਡਾ ਅਮਰੀਕੇ ਚਲੇ ਗਏ ਬਹੁਤ ਹੁਣ ਤਾਂ ਰੌਣਕ ਹੀ ਨਹੀਂ ਰਹਿ ਗਈ ਸੱਥਾਂ ਦੇ ਵਿੱਚ ਘੱਟ ਹੀ ਹੈ ਵੇਖਣ ਨੂੰ ਮਿਲਦੀ ਸੋ ਕੀ ਲਿਖਿਆ ਬਹੁਤ ਸ਼ਾਇਰ ਨੇ ਕਿਸੇ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਗੌਰ ਕਰਨਾ ਹੱਥ ਕੁੱਟ ਕੇ ਫੜ ਲੈਵੇ ਹੱਲੇ ਸਾਡੀ ਉਮਰ ਨਹੀਂ ਆਣੀ ਮੈਂ ਸੁਣਿਆ ਮੇਲੇ ਚੋਂ ਵੀ ਛੜ ਕੇ ਕਈ ਰੂਹਾਂ ਦੇ ਹਾਰੀਆਂ ਫੜ ਲੈ ਹੱਲੇ ਸਾਡੀ ਉਮਰ ਨਹੀਂ ਆਣੀ
ਸੋਹਣੀਆਂ ਲਾਈਨਾਂ ਅੱਗੇ ਸਾਡੇ ਸਾਰਿਆਂ ਦੇ ਲਈ ਹੈ। ਅਗਰ ਤੁਸੀਂ ਨਾਲ ਸਾਰੇ ਤਾੜੀਆਂ ਦਾ ਸਾਥ ਦਿਓਗੇ ਤਾਂ ਮੈਨੂੰ ਬਹੁਤ ਵਧੀਆ ਲੱਗੂਗਾ ਸਾਰਿਆਂ ਲਈ। ਆਪਾਂ ਵੀ ਮੇਲੇ ਜੀ ਆਏ ਹੁਣ ਮੇਲ ਨਸੀਬਾਂ ਦੇ ਸੋਹਣੀਆਂ ਵਿਛੜ ਗਿਆ ਦੇ ਜੀ। ਥੈਂਕ ਯੂ ਸੋ ਮਚ। ਤਿੰਨ ਸਹੇਲੀਆਂ।